वन स्टार्ट नहीं तू क्या की अपने पियो नु कितना गर्म हो के मेरे नाल आ गया क्या जगी नु फोन लाया ही ओ यार इधर कितना वन स्टार्ट की क्या ही अपने पियो नु कितना गर्म हो गया सुन लो अपन मेरी गल सुन क्या की फोन पे मैं की कहना है वो अभी भी गला जाए कर टू वन स्टार्ट टू वन स्टार्ट ये तो यार पैरों से पानी नहीं पैन दी ਉਹਦਾ ਹੋ ਗਿਆ ਦਿਮਾਗ ਖਰਾਬ ਇਹਨੇ ਘਰ ਜਾੜਨਾ ਵਾ ਹੁਣ ਮੈਨੂੰ ਨੀ ਹੋਇਆ ਗੱਲ ਦਾ ਪਤਾ ਜਾਏ ਅਸੀਂ ਰਹਿਣਾ ਘਰ ਤੇ ਜਾਏ ਰਹੂ ਉਹ ਕੁੜੀ ਨੂੰ ਪਾ ਲਈਦੇ ਤੇ ਘਰ ਛੱਡ ਕੇ ਆਈਏ ਚੰਗੇ ਨਹੀਂ ਲੱਗੀਦਾ ਅਜੇ ਤਾਂ ਥੋੜਾ ਬਹੁਤ ਤੈਨੂੰ ਪਤਾ ਪਾ ਕੇ ਸਾਰੇ ਪਿੰਡ ਜਿੱਦਾਂ ਢੁੰਡੋਰਾ ਪਿੱਟਿਆ ਤੇ ਨੱਕ ਕਿੱਥੇ ਲੜਾਈ ਮੈਨੂੰ ਕੋਈ ਪਰਵਾਹ ਨਹੀਂ ਆਪਣੀ ਨੱਕ ਦੀ ਉਹ ਗਈ ਹੈ ਕੀ ਯਾਰ ਵਨ ਸਟਾਰਟ ਉਹ ਪਿੰਦਰਾ ਇਹਦੇ ਪੈਰਾਂ ਤੇ ਪਾਣੀ ਨਹੀਂ ਟੂ ਵਨ ਸਟਾਰਟ ਭਾਜੀ ਢੜਨਾ ਕਿੱਥੇ ਨਹੀਂ ਟੂ ਵਨ ਸਟਾਰਟ ਭਾਜੀ ਢੜ ਦੋ ਕਹਦਾ ਲਗਾ ਵਾ ਹਾਂਜੀ ਪਰ ਨਾ ਸ਼ਰਨ ਦੀ ਮਾਂ ਨਹੀਂ ਮੰਨਦੀ ਵੀ ਕੁੜੀ ਘਲਾਉਣਾ ਉੱਥੇ ਘਲਾਉਣੀ ਕਿ ਨਹੀਂ ਘਲਾਉਣੀ अच्छा हां जी बिल्कुल नहीं दे 2 1 स्टार्ट ਭਾਜੀ ਢੜ ਤੋਂ ਗੜਲ ਘਾਉ ਹੁਣ ਭਰਨਾ ਸ਼ਰਨ ਦੀ ਮਾਂ ਨਹੀਂ ਕੀ ਮੰਦੀ ਕੁੜੀ ਉੱਥੇ ਘਲਾਈ ਕਿ ਨਾ ਘਲਾਈ ਉਹ ਭਾਜੀ ਮੇਰੀ ਗੱਲ ਸੁਣੋ ਤੁਸੀਂ ਘਰ ਦੇ ਜ਼ਿੰਮੇਵਾਰ ਬੰਦੇ ਜੇ ਮੋਤ ਬਿਰ ਜੇ ਹਾਂਜੀ ਹਾਂਜੀ ਕੱਲ ਨੂੰ ਤੁਹਾਨੂੰ ਕਹਿਣਾ ਹਰ ਬੰਦੇ ਨੇ ਕਿ ਇਹਨਾਂ ਗਲਤੀ ਕੀਤੀ ਆ ਹਾਂਜੀ ਹਾਂਜੀ 2 1 ਸਟਾਰਟ ਹੈਲੋ ਕੌਣ ਵੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਜੀ मम्मी जगी नहीं गल कर भाभी जी गल तो सही है मैं भी यही चीज सोचन दी जिंदगी पूरी ऐदा लंघ जानी होंगी शरना मेरी सुन गल मैं तेन प्यार ना समझाउंदी आ ठीक है तू मेरी भैन वर्गी मैनू तेरे ते तरस आंदा वा ठीक है ना पर तू की समझ 3 2 1 हाँ जी भाजी ठीक है ठीक है हाँ जी भाजी 2 1 ਜਿਹੜੇ ਕੰਮ ਤੂੰ ਪਈ ਆ ਨਾ ਉਹ ਅਸੀਂ ਨਹੀਂ ਕਰ ਸਕਦੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਫੈਸਲੇ ਕਰਾਉਣ 2 1 ਸਾਰਾ ਸਿਆਪਾ ਵਾ ਜੀਵਨ ਤੇਰਾ ਜੇ ਕੁੜੀ ਨੂੰ ਅਗਲ ਦਿੱਤੀ ਹੁੰਦੀ ਨਾ ਤੂੰ ਆਪਣੇ ਘਰ ਵੱਸਦੀ ਠੀਕ ਨਹੀਂ 2 1 ਸਾਰੇ ਦੀ ਪੋਨੀ 2 1 ਸਾਰਾ ਪੌੜਾ ਵਾ ਤੇਰਾ ਜੇ ਤੈਨੂੰ ਮੁੰਡੇ ਨੇ ਫੋਨ ਕੀਤਾ ਤੂੰ ਸਾਨੂੰ ਇੱਕ ਨਹੀਂ ਦੱਸਿਆ ਵੀ ਉਹਦਾ ਫੋਨ ਆਇਆ ਕਿ ਨਹੀਂ ਆਇਆ ਤੇ ਅਸੀਂ ਆਪੀ ਗੱਲ ਕਰ ਵੇਖ ਲੈਂਦੇ ਹਿਸਾਬ ਤਾਬ ਕਰਕੇ ਕੀ ਹਿਸਾਬ ਤਾਬ ਚਲੋ ਨਹੀਂ ਇਤਰਾ ਕਹਿ ਨੂੰ ਸਾਰਾ ਸੈਟ ਆ ਤੇਰਾ 2 1 ਸਟਾਰਟ 2 1 ਸਟਾਰਟ ਹਾਂਜੀ ਡੈਡੀ ਕੀ ਕਹਿੰਦੇ ਆ ਲਵਲੀ ਉਹ ਸਾਰਾ ਲਵਲੀ ਨਹੀਂ 1 ਸਟਾਰਟ ਹਾਂਜੀ ਡੈਡੀ ਜੀ ਆ ਪਿੰਦਰ ਮੈਨੂੰ ਤਾਂ ਗੱਲ ਕੋ ਦੱਸਣ ਡਿਆ ਸੀ ਚਲੋ ਬਹੁਤ ਦਿਨ ਤੋਂ ਮੈਂ ਪੜ ਜਾਇਆ ਹਾਂ चलो बहुत दिन पड़ लिया नहीं पानी भी पीने जगी भाजी तो भाजी कितने गए डर जी इतने कम ही गए बाहर अच्छा 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 भाजी भाजी पता कि चलो भाई जी कुड़ी को गलती हो ही गई है तुम भी कोई बोलता होगा उन्हें भी कोई बोलता होगा है गुस्से जान के उन्हें भी कोई मुंह से स्टेप निकल ही जाता मुंह से वन स्टार्ट चलो भाई न्याण सहन कुड़ी ही 2 1 स्टार्ट चलो भाई न्याण सहन कुड़ी ही ताड़े को भी गलती हो ही होगी कोई ओदे को भी हुई हो आई तो कसूर ही ओदा कटदे हां भी चलो कसूर ही आड़ी कुड़ी दा बाकी ये है कि पुरानियां गल्लां छड्डो अपनी मां पुछो जो 2 1 2 1 ਮੂੰਹ ਚੁੱਕੇ ਤੇ ਅਨੂ ਆ ਗਏ ਨੇ ਹੋ ਤੁਹਾਡੀ ਬਣਾ ਇੱਕ ਮਿੰਟ ਯਾਰ ਸ਼ਰਨ ਹਾਂਜੀ ਡੈਡੀ ਜੀ ਉਹ ਤਾਂ ਤੇਰੇ ਘਰ ਦਾ ਸਾਰਾ ਤੇਰੀ ਮਾਂ ਨੇ ਘਰ ਦਾ ਇੱਕ ਬੇੜਾ ਗਿਰ ਗਿਆ ਸ਼ਰਨ ਪੁੱਤਰ
ਏ ਸ਼ਰਨ ਹਾਂਜੀ ਡੈਡੀ ਜੀ ਆ ਗਏ ਜੀ ਆ ਗਏ ਆ ਗਏ ਤੇਰੀ ਮਾਂ ਨੇ ਨਾ ਤੇਰੇ ਘਰ ਦਾ ਹੀ ਕਰਤਾ ਸਾਰਾ ਗਲ ਸ਼ਰਨ ਪੁੱਤ ਏ ਸ਼ਰਨ ਹਾਂਜੀ ਡੈਡੀ ਜੀ ਆ ਗਏ ਜੀ ਆ ਗਏ ਆ ਗਏ ਤੇਰੇ ਤੇਰੇ ਘਰ ਦਾ ਕਰਦਾ ਤੇਰੀ ਮਾਂ 2 1 2 1 ਤੇਰੇ ਨਾ ਘਰ ਦਾ ਕਰਤਾ ਹੀ ਸਾਰੇ ਘਰ ਦਾ ਪਿਆ ਕਰਕੇ 2 1 ਸ਼ਰਨ ਤੇਰੇ ਘਰ ਦਾ ਨਾ ਸਾਰਾ ਕੰਮ ਖਰਾਬ ਕਰਤਾ ਜੀ 2 1 ਸ਼ਰਨ ਤੇਰੇ ਘਰ ਦਾ ਨਾ ਸਾਰਾ ਹੀ ਕੰਮ ਖਰਾਬ ਕਰ ਤੇਰੀ ਮਾਂ ਨੇ ਕਰਤਾ ਜੀ 2 1 ਸ਼ਰਨ ਤੇਰੇ ਘਰ ਦਾ ਨਾ ਸਾਰਾ ਹੀ ਤੇਰੀ ਮਾਂ ਨੇ ਕੰਮ ਖਰਾਬ ਕਰਤਾ ਜੀ ਉਹ ਠੀਕ ਆ 2 1 ਸ਼ਰਨ ਤੇਰੇ ਘਰ ਦਾ ਨਾ ਸਾਰਾ ਬੇੜਾ ਗਰਕ ਕਰਤਾ ਤੇਰੀ ਮਾਂ ਨੇ ਇਹ ਹੈ ਕਿਤੇ ਮੰਮੀ ਇੱਧਰ ਆ ਜਾ ਕੇ 2 1 ਸਟਾਰਟ ਉਹ ਮੈਂ ਸ਼ਰਨ ਤੈਨੂੰ ਕਹਿਣ ਦਾ ਮੰਮੀ ਹੈ ਕਿੱਥੇ ਆ ਕੋਈ ਇਹ ਤੇ ਦੱਸੋ ਵੀ ਆਵਾਜ਼ ਮਾਰ 2 1 ਸਟਾਰਟ ਓ ਸ਼ਰਨ ਮੈਂ ਤੈਨੂੰ ਕਹਿਣ ਦਿਆ ਮੰਮੀ ਨੂੰ ਆਵਾਜ਼ ਮਾਰ ਹੈ ਕਿੱਥੇ ਆ ਉਹ ਹੋਇਆ ਕੀ ਇਹ ਤੇ ਦੱਸੋ ਪਹਿਲਾਂ ਹੋਣਾ ਕੀ ਆ ਨਾਲਾਂ ਦੇ ਫਿਰ ਦੱਸਨੇ ਆ ਮੰਮੀ ਘਰ ਹੀ ਹੈ ਨਹੀਂ ਆ ਮੈਂ ਕਿੱਥੇ ਸਾ ਤੁਹਾਨੂੰ ਉਹ ਕਿਤੇ ਸਾਡਾ ਸਿਆਪਾ ਕਰਨ ਗਈ ਹੋਣੀ ਆ ਵਧੀਆ ਕਰੀਆਂ ਧਰੀਆਂ ਸਾਡੇ ਗਾੜੀ ਆਉਂਦੀਆਂ ਹਨ ਕੀ ਹੋਇਆ ਜੜੀ ਗੱਲ ਉਹ ਕਿਤੇ ਖਾਣੇ ਪੱਤੇ ਪੁਰਜਾ ਦੇ ਆਈ ਓ ਜੱਗੀ ਨੇ 20 ਗੱਲਾਂ ਕੀਤੀਆਂ ਸਾਨੂੰ ਅੱਛਾ ਇੱਥੋਂ ਤੱਕ ਪਹੁੰਚ ਗਈ ਮੰਮੀ ਹੋਰ ਹੁਣ ਇਹ ਸੋਚੋ ਵੀ ਕਰਨਾ ਕੀ ਆ ਕਰਨਾ ਕੀ ਮੰਦਰ ਯਾਰ ਆ ਸਮਝ ਨਹੀਂ ਆਉਂਦੀ ਹੁਣ ਕਿੱਥੇ ਘਰ ਹੁੰਦੇ ਤੇ ਗੱਲ ਕਰਦੇ ਨਾ ਕਰਨਾ 2 1 ਸਟਾਰਟ ਲਵਲੀ ਇਹਨੂੰ ਆ ਲੈਂਦੇ ਇਹਦੇ ਲੱਤਾਂ ਮੈਂ ਵੜਨਾ ਅੱਜ ਤੈਨੂੰ ਵੇਖ ਲੋ ਦਿਮਾਗ ਖਰਾਬ ਕਰ 2 1 ਸਟਾਰਟ ਤਿੰਦਰ ਇਹਨੂੰ ਆ ਲੈਂਦੇ ਪਾਣੀ ਕਿੱਥੇ ਗਈ ਹੈ ਰੌਂਡੀ ਲਾਉਣ ਇਹਨੂੰ ਜਿੱਦਣ ਆ ਗਈ ਨਾ 2 1 ਸਟਾਰਟ ਤਿੰਦਰ ਇਹਨੂੰ ਆ ਲੈਂਦੇ ਇਹਦੇ ਲੱਤਾਂ ਮੈਂ ਵੜ ਤੂੰ ਮਾਮਾ 2 1 ਸਟਾਰਟ ਤਿੰਦਰ ਇਹਨੂੰ ਆ ਲੈਂਦੇ ਇਹਦੀਆਂ ਲੱਤਾਂ ਮੈਂ ਵੜਨਾ ਵਾ ਸਾਰਾ ਬੇੜਾ ਕਰਕੇ ਕਰਾਉਂਦੀ ਓ ਵੀਰ ਹੋਇਆ ਕੀ ਹੈ ਇਹ ਤਾਂ ਦੱਸੋ ਵੀ ਡੈਡੀ ਕਿੱਦਾਂ ਬੋਲਦੇ ਹੋ ਉੱਥੇ ਕੀ ਹੈ ਯਾਰ ਉੱਥੇ ਗਏ ਕਿੰਨੇ ਜੱਗੀ ਨੇ ਆਹੋ ਹਾਏ ਹੁਣ ਤਾਂ ਗੜਲੀ ਬੜੀ ਵੱਧ ਗਈ ਹੈ ਤੇ ਮੇਰੀ 2 1 ਸਟਾਰਟ ਵੀਰ ਮੈਂ ਤਾਂ ਸੋਚਿਆ ਸੀ ਤੁਸੀਂ ਜਾਓਗੇ ਨਾ 2 1 ਸਟਾਰਟ ਵੀਰ ਮੈਂ ਤਾਂ ਸੋਚਿਆ ਸੀ ਤੁਸੀਂ ਜਾਓਗੇ ਤੇ ਗੱਲ ਠੰਡੀ ਹੋ ਜਾਏਗੀ ਇਹ ਤਾਂ ਹੁਣ ਕੰਮ ਹੀ ਬੜਾ ਵੱਧ ਗਿਆ ਹੁਣ ਕੀ ਹੋਏਗਾ ਕੰਮ ਵਧਣਾ ਹੀ ਆ ਉਹਨਾਂ ਦੀ ਤਾਂ ਬੇਇੱਜ਼ਤੀ ਬੜੀ ਹੋਈ ਆ ਉੱਥੇ ਉਹ ਆਂਦਾ ਅਸੀਂ ਹੁਣ ਕੋਰਟ ਕਚਹਿਰੀਆਂ 'ਚ ਮਿਲਾਂਗੇ ਤੁਹਾਨੂੰ ਮੰਮੀ ਆ ਲੈਣ ਦਿਓ ਘਰ ਇਹਨੂੰ ਤਾਂ ਮੈਂ ਦੱਸਾਂਗੀ ਨਾ ਕਰਨੀਆਂ ਕਰਦੇ ਕਿੱਦਾਂ ਕਰੀਦਾ ਵਾ ਹੈ ਨਹੀਂ ਮਾਤਾ ਮੰਮੀ ਨੂੰ ਤੇ 2 1 ਸਟਾਰਟ ਨਾ ਕੀ ਡਈ ਕਰਨਾ ਕੁਛ ਨਹੀਂ ਆ ਸਮਾਨ ਜਿਹਾ ਸੈੱਟ ਕਰਨ ਦੀ ਸੀ ਅੱਛਾ ਅੱਛਾ ਹੋ ਗਿਆ ਬਾਹਰ ਰੋਲਾ ਇਹ ਖੜਾ ਪੈਂਦਿਆ ਸੀ ਹੋਰ ਰੋਲਾ ਕਹਦਾ ਬਣਾ ਉੱਥੋਂ ਨਹੀਂ ਗਏ ਅੱਜ ਆਏ ਗਏ 2 1 ਸਟਾਰਟ ਇੱਕ ਕੰਮ ਦਾ ਹੋਰ ਕਰਦੀ ਆ ਨਹੀਂ ਨਹੀਂ 2 1 ਸਟਾਰਟ ਇੱਕ ਕੰਮ ਨਾ ਉਦਾਂ ਹੋਰ ਕਰਦੀ ਆ ਜੇ ਡੈਡੀ ਨੇ ਪਤਾ ਲੱਗ ਗਿਆ ਵੀ ਇਹਦੇ ਆਪਣੇ ਕੰਮਾਂ 'ਚ 2 1 ਸਟਾਰਟ ਚੱਕਰ ਇੱਕ ਨਾ ਹੋਰ ਪੈ ਜਾਣਾ ਆ ਐਡਾ ਵੱਡਾ ਘਰ ਦੇ ਵਿੱਚ ਕੰਮ ਚੱਲਣ ਦਿਆ ਆ ਹੁਣ ਜੇ ਡੈਡੀ ਨੂੰ ਪਤਾ ਲੱਗਾ ਵੀ ਇਹਦੇ ਆਪਣੇ ਕੰਮਾਂ ਦੇ ਵਿੱਚ ਦੌੜੇ ਫਿਰਦੇ ਆ ਵੀ ਜਿੱਦਾਂ ਹੁਣ ਮੈਡੀਕਲ ਕਰਾਉਣ ਬਾਰੇ ਦੱਸਿਆ ਤੇ ਇਦਾਂ ਕਰਦੀ ਆ ਵੀ ਪਿੰਦਰ ਨਾਲ ਗੱਲ ਕਰਨੀ ਆ ਇਹ ਆਪੇ ਨੂੰ ਸਮਝਾਉਣਗੇ ਮੜਾ ਆ ਤੇ ਫਿਰ ਹੀ ਗੱਲ ਬਣਨੀ ਆ ਉਹ ਵੀਰ ਦੀ ਤੁਹਾਨੂੰ ਪਤਾ ਤੇ ਹੈਗਾ ਹੀ ਆ 2 1 ਸਟਾਰਟ ਉਹ ਵੀਰ ਦੀ ਤੁਹਾਨੂੰ ਪਤਾ ਤੇ ਹੈਗਾ ਹੀ ਆ ਪਿੰਦਰ ਹੋਣਾ ਦਾ ਵੀ ਕੰਮ ਬਣ ਗਿਆ ਵਾ ਤੇ ਉਧਰੋਂ ਆਪਣੀ ਆਪਣੇ ਨਹੀਂ ਯਾਰ 2 1 ਸਟਾਰਟ ਹਾਂਜੀ ਹਾਂਜੀ ਭਾਅ ਜੀ ਉਧਰੋਂ ਪਿੰਦਰ ਹੋਣਾ ਦਾ ਭਾਅ ਜੀ ਲੱਗੇ ਕੰਮ ਆ ਤੇ ਉਧਰੋਂ ਕੁੜੀ ਘਰ ਬੈਠੀ ਹੈ ਕੁੜੀ 2 1 ਸਟਾਰਟ 2 1 ਸਟਾਰਟ ਉਹ ਫੁੱਫੜ 2 1 ਸਟਾਰਟ ਪਿੰਦਰ ਨਿਆਣੇ ਨਾ ਬਣੋ ਤੇ ਜੇ ਕੰਮ ਬਣਦੇ ਤਾਂ ਆਪਣਾ ਪਹਿਲੇ ਕੰਮ ਕਰਾਂਗੇ ਯਾਰ ਕੀ 2 1 ਸਟਾਰਟ